ਕਰਾ ਲਈ ਕਿਉਂਕਿ ਹੁਣ ਜੇ ਭੈਣ ਕਹੂਗਾ ਦਰਦ ਫਿਰ ਭੈਣ ਤੇ ਭੈਣੀ ਹੁੰਦੀ ਆ, ਫਿਰ ਮੈਂ ਫੋਟੋ ਕਰਾ ਲਈ ਉਹਦੇ ਨਾਲ, ਉਹਦੇ ਦਿਮਾਗ ਸ਼ਾਇਦ ਕੁਛ ਹੋਰ ਹੀ ਗੱਲ ਕੁਛ ਹੋਰ ਹੀ। ਰੀਲਾਂ ਵਾਲੀ ਪ੍ਰੀਤ ਜੱਟੀ ਜੋ ਕਿ ਇੰਸਟਾਗ੍ਰਾਮ ਤੇ ਕਾਫੀ ਚਰਚਾ ਵਿੱਚ ਰਹਿੰਦੀ ਏ, ਪਹਿਲਾਂ ਇੱਕ ਭੂੰਡ ਆਸ਼ਕ ਨੇ ਪ੍ਰੀਤ ਜੱਟੀ ਨੂੰ ਭੈਣ ਕਹਿ ਕੇ ਵੀਡੀਓ ਬਣਾਈ ਤੇ ਮਗਰੋਂ ਆਸ਼ਕੀ ਵਾਲੇ ਗਾਣੇ ਲਾ ਕੇ ਵੀਡੀਓ ਵਾਇਰਲ ਕਰਤੀ। ਪ੍ਰੀਤ ਜੱਟੀ ਨੇ ਫਿਰ ਉਸ ਮੁੰਡੇ ਨੂੰ ਘਰੇ ਬੁਲਾ ਕੇ ਉਸ ਦੀ ਛਿੱਤਰ ਪਰੇਡ ਕੀਤੀ ਤੇ ਵੀਡੀਓ ਵਾਇਰਲ ਕੀਤੀ। ਪਰ ਪ੍ਰੀਤ ਜੱਟੀ ਦੀ ਇੱਕ ਹੋਰ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਜਿਸ ਵਿੱਚ ਉਹ ਮੁੰਡੇ ਨਾਲ ਸ਼ਰੇਆਮ ਲਿਪ ਕਿਸ ਕਰ ਰਹੀ ਹੈ। ਪਰ ਪ੍ਰੀਤ ਦਾ ਇਹ ਕਹਿਣਾ ਇਹ ਵੀਡੀਓ ਮੇਰੀ ਨਹੀਂ ਹੈ, ਇਹ AI ਦੀ ਮਦਦ ਨਾਲ ਫੇਕ ਵੀਡੀਓ ਬਣਾਈ ਗਈ ਹੈ, ਮੈਨੂੰ ਬਦਨਾਮ ਕੀਤਾ ਜਾ ਰਿਹਾ। ਪਰ ਪ੍ਰੀਤ ਜੱਟੀ ਦੀਆਂ ਕੁਛ ਫੋਟੋਆਂ ਤੇ ਵੀਡੀਓਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਜਿਸ ਵਿੱਚ ਉਹ ਹੱਥਾਂ ਤੇ ਪੈਰਾਂ ਤੇ ਮਹਿੰਦੀ ਲਗਵਾਉਂਦੀ ਨਜ਼ਰ ਆਉਂਦੀ ਏ ਤੇ ਉਸੇ ਹੀ ਮੁੰਡੇ ਨਾਲ ਲਾਲ ਚੂੜਾ ਪਾ ਕੇ ਫੋਟੋਆਂ ਵੀ ਸਾਹਮਣੇ ਆਈਆਂ ਨੇ। ਇਦਾਂ ਲੱਗਦਾ ਜਿੱਦਾਂ ਪ੍ਰੀਤ ਜੱਟੀ ਦਾ ਵਿਆਹ ਹੋ ਗਿਆ ਹੋਵੇ ਜਿਸ ਨਾਲ ਉਸਦੀ ਵੀਡੀਓ ਵਾਇਰਲ ਹੋਈ ਸੀ। ਪ੍ਰੀਤ ਜੱਟੀ ਦਾ ਵਿਆਹ ਸੱਚੀ ਹੋਇਆ ਜਾਂ ਇਹ ਵੀ ਅਡਿਟ ਫੋਟੋਸ ਨੇ, ਕੁਛ ਪੁਖਤਾ ਜਾਣਕਾਰੀ ਨਹੀਂ ਹੈ। ਬਾਕੀ ਜਿਵੇਂ ਹੀ ਕੋਈ ਅਪਡੇਟ ਮਿਲੂਗੀ ਅਸੀਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ। ਬਾਕੀ ਦੋਸਤੋ ਇਸ ਵੀਡੀਓ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਜ਼ਰੂਰ ਕਰਿਓ। ਬਾਕੀ ਜੋ ਵੀਰ ਅਤੇ ਭੈਣਾਂ ਆਪਣੇ ਚੈਨਲ ਦੇ ਉੱਪਰ ਨਵੇਂ ਨੇ, ਡੇਲੀ ਨਵੀਂ ਅਪਡੇਟ ਦੇਖਣ ਦੇ ਲਈ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ। ਬਾਕੀ ਮਿਲਦੇ ਹਾਂ ਦੋਸਤੋ ਕਿਸੇ ਹੋਰ ਖਬਰ ਦੇ ਨਾਲ।